ਨਾਲ ਲੱਗੇ ਹੋਏ ਹੋ ਸਕਦਾ ਤੁਹਾਡਾ ਉਹਦੇ ਨਾਲ ਬਹੁਤ ਪਿਆਰ ਹੋਏ, ਪਰ ਇੱਕ ਦਿਨ ਕੋਈ ਇਹੋ ਜਿਹੀ ਵਜ੍ਹਾ ਹੋ ਜਾਏ ਕਿ ਉਹ ਟੁੱਟ ਜਾਏ, ਡਿਸਅਪੁਆਇੰਟ ਨਾ ਹੋਵੋ। ਪਰਮੇਸ਼ਵਰ ਦੇ ਉੱਤੇ ਭਰੋਸਾ ਰੱਖੋ, ਪਰਮੇਸ਼ਵਰ ਤੁਹਾਨੂੰ ਉਸ ਵਿਅਕਤੀ ਨਾਲੋਂ ਨਹੀਂ, ਤੁਹਾਨੂੰ ਪਾਪ ਨਾਲੋਂ ਤੋੜ ਰਿਹਾ। ਤੁਸੀਂ ਉਸ ਵਿਅਕਤੀ ਨਾਲੋਂ ਨਹੀਂ ਟੁੱਟ ਰਹੇ, ਤੁਸੀਂ ਪਾਪ ਨਾਲੋਂ ਟੁੱਟ ਰਹੇ ਹੋ। ਤੁਸੀਂ ਉਸ ਵਿਅਕਤੀ ਨਾਲੋਂ ਨਹੀਂ ਟੁੱਟ ਰਹੇ, ਤੁਸੀਂ ਗਰੀਬੀ ਦੇ ਬੰਧਨ ਨਾਲੋਂ ਟੁੱਟ ਰਹੇ, ਤੁਸੀਂ ਉਸ ਵਿਅਕਤੀ ਨਾਲੋਂ ਨਹੀਂ ਟੁੱਟ ਰਹੇ, ਤੁਸੀਂ ਉਸ ਪਹਾੜ ਨਾਲੋਂ ਟੁੱਟ ਰਹੇ ਆ ਜਿਹੜਾ ਪਹਾੜ ਤੁਹਾਡੀ ਬਰਕਤ ਦੇ ਰਾਹ ਦੇ ਵਿੱਚ ਖੜਾ ਆ। ਕਿਉਂਕਿ ਪਰਮੇਸ਼ਵਰ ਦੀਆਂ ਯੋਜਨਾਵਾਂ ਕੰਪਲੀਟਲੀ ਡਿਫਰੈਂਟ ਆ। ਅੱਜ ਹੋ ਸਕਦਾ ਕਿ ਕਿਸੇ ਨੇ ਤੁਸੀਂ ਕਿਸੇ ਨੂੰ 5,000 ਰੁਪਈਆ ਦਿੱਤਾ ਅਤੇ ਅਗਲਾ ਜਿਹੜਾ ਬੰਦਾ ਆ ਉਹ ਲੈ ਕੇ ਅਤੇ ਖਾ ਕੇ ਡਕਾਰ ਗਿਆ ਆ, ਔਰ ਉਹ ਤੁਹਾਡੀ ਕੋਈ ਕੰਮ ਨਹੀਂ ਆਇਆ। ਤੁਸੀਂ ਡਿਸਅਪੁਆਇੰਟ ਨਾ ਹੋਵੋ, ਤੁਸੀਂ ਭਲਾ ਕੰਮ ਕੀਤਾ, ਤੁਸੀਂ ਚੰਗਾ ਕੰਮ ਕੀਤਾ, ਤੁਸੀਂ ਪਰਮੇਸ਼ਵਰ ਦੇ ਅੱਗੇ ਜਾਓ, ਪਰਮੇਸ਼ਵਰ ਦੀ ਵਡਿਆਈ ਕਰੋ। ਪਰਮੇਸ਼ਵਰ ਤੁਹਾਨੂੰ 35,000 ਦੇ ਨਾਲ ਬਲੈਸ ਕਰਨ ਦੇ ਲਈ ਕਾਬਲੀਅਤ ਰੱਖਣ ਵਾਲਾ ਪਰਮੇਸ਼ਵਰ ਆ। ਉਹਨੇ ਪਤਾ ਨਹੀਂ ਕਿਹੜੇ ਪਾਸਿਓ ਦਰਵਾਜ਼ਾ ਖੋਲ੍ਹ ਦੇਣਾ ਕਿ ਤੁਹਾਡੇ ਲਈ 35,000 ਦੀ ਬਲੈਸਿੰਗ ਆ ਜਾਏਗੀ। ਕਿਉਂਕਿ 5,000 ਲੈ ਕੇ ਕੋਈ ਤੁਹਾਡੇ ਕੋਲੋਂ ਗਿਆ, ਤੁਸੀਂ ਰੋਏ ਨਹੀਂ, ਪਰ ਤੁਸੀਂ ਪਰਮੇਸ਼ਵਰ ਦੇ ਅੱਗੇ ਆਨੰਦਿਤ ਹੋ ਕੇ, ਪ੍ਰਭੂ ਮੈਂ ਤਾਂ ਚੰਗਾ ਹੀ ਕੰਮ ਕੀਤਾ ਸੀ, ਮੈਂ ਤਾਂ ਵਫਾਦਾਰੀ ਦੇ ਨਾਲ ਹੀ ਦਿੱਤਾ ਸੀ, ਪਰ ਪ੍ਰਭੂ ਮੈਂ ਤੇਰੇ ਵਚਨ ਦੇ ਕਹੇ ਦੇ ਅਨੁਸਾਰ ਦਿੱਤਾ ਸੀ, ਔਰ ਮੈਨੂੰ ਪਤਾ ਤੇਰੇ ਵਚਨ ਦੇ ਕਹੇ ਦੇ ਅਨੁਸਾਰ ਹੀ ਮੈਂ ਬਰਕਤ ਪਾਵਾਂਗਾ, ਔਰ ਤੁਹਾਡੇ ਜੀਵਨ ਦੇ ਵਿੱਚ ਉਹਦੇ ਕਹੇ ਦੇ ਅਨੁਸਾਰ ਬਰਕਤ ਖੁੱਲ੍ਹੇਗੀ। ਜਿੱਦਾਂ ਵਚਨ ਦੇ ਵਿੱਚ ਲਿਖਿਆ ਕਿ ਅਗਰ ਤੇਰੇ ਲਈ ਇੱਕ ਦਰਵਾਜ਼ਾ ਬੰਦ ਹੋ ਜਾਏ ਤਾਂ ਪਰਮੇਸ਼ਵਰ ਤੇਰੇ ਲਈ ਕਈ ਨਵੇਂ ਦਰਵਾਜ਼ੇ ਖੋਲ੍ਹ ਦੇਗਾ। ਤਾਂ ਸੱਚੀ ਅਗਰ ਤੁਹਾਡੇ ਲਈ ਇੱਕ ਦਰਵਾਜ਼ਾ ਬੰਦ ਹੋਏਗਾ, ਪਰਮੇਸ਼ਵਰ ਤੁਹਾਡੇ ਲਈ ਬਹੁਤ ਸਾਰੇ ਨਵੇਂ ਡੋਰ ਖੋਲ੍ਹ ਦੇਣਗੇ। ਇਸ ਲਈ ਡਿਸਅਪੁਆਇੰਟ ਹੋਣਾ ਬੰਦ ਕਰ ਦਿਓ। ਮੈਂ ਆਪਣੀ ਲਾਈਫ ਦੇ ਵਿੱਚ ਡਿਸਅਪੁਆਇੰਟ ਹੋਣਾ ਬੰਦ ਕੀਤਾ, ਮੈਂ ਆਪਣੀ ਲਾਈਫ ਦੇ ਵਿੱਚ ਪਹਿਲਾਂ ਨਾਲੋਂ 1,000 ਗੁਣਾ ਬਰਕਤ ਦੇਖੀ ਆ। ਕੋਈ 10 ਗੁਣਾ ਨਹੀਂ, 20 ਗੁਣਾ ਨਹੀਂ, 30 ਗੁਣਾ ਨਹੀਂ, ਪਰ ਮੈਂ ਆਪਣੀ ਲਾਈਫ ਦੇ ਵਿੱਚ 1,000 ਗੁਣਾ ਬਰਕਤ ਦੇਖੀ ਆ। ਜਦੋਂ ਤੁਸੀਂ ਬਹੁਤ ਜ਼ਿਆਦਾ ਇਹਨਾਂ ਚੀਜ਼ਾਂ ਦੇ ਚੇਪੂ ਹੋ ਜਾਂਦੇ, ਚਿਪਕੂ ਹੋ ਜਾਂਦੇ ਆ ਨਾ, ਉਦੋਂ ਤੁਹਾਡੇ ਜੀਵਨ ਦੇ ਵਿੱਚ ਤੁਸੀਂ ਫਤਿਹ ਨਹੀਂ ਪਾਉਂਦੇ। ਇਹ ਸਭ ਚੀਜ਼ਾਂ ਜਿੰਨਾ ਤੁਸੀਂ ਚੇਪੂ ਹੋ ਜਾਓਗੇ ਆਪਣੇ ਬੱਚਿਆਂ ਦੇ ਨਾਲ, ਜਿੰਨਾ ਤੁਸੀਂ ਚੇਪੂ ਹੋ ਜਾਓਗੇ ਆਪਣੇ ਘਰ ਦੇ ਨਾਲ, ਜਿੰਨਾ ਚੇਪੂ ਹੋ ਜਾਓਗੇ ਆਪਣੀ ਜੋਬ ਦੇ ਨਾਲ, ਆਪਣੇ ਗਰਲਫ੍ਰੈਂਡ ਦੇ ਨਾਲ, ਆਪਣੇ ਮਾਤਾ ਪਿਤਾ ਦੇ ਨਾਲ, ਜਿੰਨਾ ਜ਼ਿਆਦਾ ਚਿਪਕੂ ਹੋ ਜਾਓਗੇ ਨਾ ਤੁਸੀਂ, ਉਨਾ ਇਹ ਸਭ ਸਾਰੀਆਂ ਚੀਜ਼ਾਂ ਕੀ ਇਹ ਸੰਗਲੀਆਂ ਆ, ਇਹ ਸਭ ਚੀਜ਼ਾਂ ਚੇਨਸ ਆ, ਇਹ ਸਭ ਚੀਜ਼ਾਂ ਬੰਧਨ ਆ ਜਿਹੜੀਆਂ ਤੁਹਾਨੂੰ ਅੱਗੇ ਵਧਣ ਤੋਂ ਰੋਕਦੀਆਂ ਆ। ਤੁਸੀਂ ਇੰਨਾ ਜ਼ਿਆਦਾ ਚਿਪਕੂ ਨਾ ਹੋਵੋ ਕਿ ਤੁਸੀਂ ਕਦੀ ਇਹਨਾਂ ਨੂੰ ਛੱਡ ਹੀ ਨਾ ਸਕੋ। ਅਗਰ ਤੁਸੀਂ ਕਹਿੰਦੇ ਨਹੀਂ ਮੈਂ ਆਪਣੇ ਬੱਚਿਆਂ ਨੂੰ ਛੱਡ ਨਹੀਂ ਸਕਦਾ, ਅਗਰ ਤੁਸੀਂ ਆਪਣੇ ਬੱਚਿਆਂ ਨੂੰ ਛੱਡ ਨਹੀਂ ਸਕਦੇ, ਤੁਸੀਂ ਕਦੀ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਵੀ ਨਹੀਂ ਹੋ ਸਕਦੇ। ਇੱਦਾਂ ਨਹੀਂ ਹੈ ਕਿ ਤੁਸੀਂ 24 ਆਵਰ ਆਪਣੇ ਬੱਚਿਆਂ ਦੇ ਨਾਲ ਹੀ ਰਹਿਣਾ ਆ। ਅਗਰ ਤੁਹਾਡੀ ਪੋਸਟਿੰਗ ਹੋ ਰਹੀ ਆ, ਮੰਨ ਲਓ ਕਿ ਤੁਸੀਂ ਰਹਿ ਰਹੇ ਹੋ ਗੁਜਰਾਤ ਦੇ ਵਿੱਚ, ਤੁਹਾਡੀ ਪੋਸਟਿੰਗ ਹੋ ਰਹੀ ਆ ਬੰਬੇ ਦੇ ਵਿੱਚ, ਤੁਹਾਨੂੰ ਬੰਬੇ ਦੇ ਵਿੱਚ, ਅਗਰ ਗੁਜਰਾਤ ਵਿੱਚ ਤੁਸੀਂ 20,000 ਵਾਲੀ ਨੌਕਰੀ ਕਰ ਰਹੇ ਹੋ, ਤਾਂ ਤੁਹਾਨੂੰ ਬੰਬੇ ਦੇ ਵਿੱਚ ਅਗਰ 80,000 ਵਾਲੀ ਨੌਕਰੀ ਮਿਲ ਰਹੀ ਆ, ਤਾਂ ਤੁਸੀਂ ਇਹ ਸੋਚ ਰਹੇ ਹੋ ਕਿ ਮੈਂ ਆਪਣੇ ਬੱਚਿਆਂ ਨੂੰ ਛੱਡ ਕੇ ਨਹੀਂ ਜਾਣਾ, ਮੈਂ ਕਿੱਦਾਂ, ਮੇਰੇ ਬੱਚੇ ਕੀ ਸੋਚਣਗੇ, ਹਾਏ ਮੇਰਾ ਬੱਚਾ, ਮੈਂ ਆਪਣੇ ਮੁੰਡੇ ਬਿਨਾਂ ਨਹੀਂ ਰਹਿ ਸਕਦਾ, ਮੈਂ ਆਪਣੀ ਵਾਈਫ ਬਿਨਾਂ ਨਹੀਂ ਰਹਿ ਸਕਦਾ। ਹਾਂ ਠੀਕ ਆ, ਫਿਰ ਤੂੰ ਬੱਚਿਆਂ ਦੇ ਨਾਲ ਰਹਿ ਸਕਦਾ, ਪਰ ਤੂੰ 80,000 ਵਾਲੀ ਜੋਬ ਵੀ ਨਹੀਂ ਲੈ ਸਕਦਾ, ਫਿਰ ਉਹ 80,000 ਵਾਲੀ ਬਰਕਤ ਵੀ ਨਹੀਂ ਲੈ ਸਕਦਾ। ਪਰ ਅਗਰ ਤੈਨੂੰ ਬਰਕਤ ਚਾਹੀਦੀ ਆ, ਅਗਰ ਤੈਨੂੰ ਅੱਛੀ ਜੋਬ ਚਾਹੀਦੀ ਆ, ਤਾਂ ਤੈਨੂੰ ਸੈਕਰੀਫਾਈਸ ਵੀ ਕਰਨਾ ਹੋਊਗਾ। ਤਾਂ ਬਹੁਤ ਸਾਰੀਆਂ ਚੀਜ਼ਾਂ ਆ ਜਦੋਂ ਅਸੀਂ ਬਹੁਤ ਚਿਪਕੂ ਹੋ ਜਾਂਦੇ ਹਾਂ ਕਿ ਆਹ ਚੀਜ਼ ਬਸ ਮੈਂ ਇਹਦੇ ਬਿਨਾਂ ਰਹਿ ਹੀ ਨਹੀਂ ਸਕਦਾ, ਇਹ ਮੇਰੀ ਜ਼ਿੰਦਗੀ 'ਚ ਹੋਣਾ ਬਹੁਤ ਜ਼ਰੂਰੀ ਆ, ਉਹ ਬੰਧਨ ਆ ਜਿਹੜੇ ਤੁਹਾਨੂੰ ਅੱਗੇ ਵਧਣ ਤੋਂ ਰੋਕਦੇ ਆ। ਦੇਅਰ ਆਰ ਸੋ ਮੈਨੀ ਬੌਂਡੇਜਸ ਜਿਹੜੇ ਤੁਹਾਨੂੰ ਪ੍ਰਾਰਥਨਾ ਕਰਨ ਤੋਂ ਰੋਕਦੇ ਆ, ਬਹੁਤ ਸਾਰੇ ਬੰਧਨ ਆ ਜਿਹੜੇ ਤੁਹਾਨੂੰ ਆਤਮਿਕ ਤਰੱਕੀ ਕਰਨ ਤੋਂ ਰੋਕਦੇ ਆ, ਬਹੁਤ ਸਾਰੇ ਬੰਧਨ ਆ ਜਿਹੜੇ ਤੁਹਾਨੂੰ ਕਾਮਯਾਬ ਹੋਣ ਤੋਂ ਰੋਕਦੇ ਆ। ਉਹਨਾਂ ਬੰਧਨਾਂ 'ਚੋਂ ਬਾਹਰ ਨਿਕਲੋ, ਉਹਨਾਂ ਬੰਧਨਾਂ ਨੂੰ ਤੋੜੋ, ਔਰ ਪਰਮੇਸ਼ਵਰ ਦੇ ਉੱਤੇ ਭਰੋਸਾ ਰੱਖੋ। ਅਕਾਲ ਪੁਰਖ ਪਰਮੇਸ਼ਵਰ ਦੇ ਉੱਤੇ ਭਰੋਸਾ ਰੱਖੋ, ਉਹ ਤੁਹਾਨੂੰ ਕਾਮਯਾਬ ਕਰਨਾ ਚਾਹੁੰਦਾ, ਔਰ ਤੁਸੀਂ ਕਾਮਯਾਬ ਹੋਵੋਗੇ, ਤੁਸੀਂ ਜ਼ਰੂਰ ਕਾਮਯਾਬ ਹੋਵੋਗੇ। ਪਰ ਅਗਰ ਤੁਸੀਂ ਇਹ ਚੇਪੂ ਬਣੇ ਰਹੇ, ਤਾਂ ਫਿਰ ਤੁਸੀਂ ਕਦੀ ਵੀ ਕਾਮਯਾਬ ਜਿਹੜਾ ਆ ਉਹ ਨਹੀਂ ਹੋ ਸਕਦੇ। ਤੁਸੀਂ ਸਧਾਰਨ ਨਹੀਂ ਆ,
ਇੱਕ ਤਾਂ ਇਸ ਚੀਜ਼ ਨੂੰ ਆਪਣੇ ਮਾਇੰਡ ਦੇ ਵਿੱਚੋਂ ਕੱਢੋ ਕਿ ਅਸੀਂ ਵਿਚਾਰੇ, ਵਿਚਾਰਾ ਆਪਣ ਆਪਣੇ ਅੰਦਰੋਂ ਖਤਮ ਕਰੋ, ਤੁਸੀਂ ਵਿਚਾਰੇ ਨਹੀਂ ਆ। ਵਿਚਾਰੇ ਦਾ ਮਤਲਬ ਪਤਾ ਕੀ ਹੁੰਦਾ, ਜਿਹਦਾ ਮਦਦ ਕਰਨ ਵਾਲਾ ਕੋਈ ਨਾ ਹੋਵੇ, ਜਿਹਦਾ ਅੱਗੇ ਪਿੱਛੇ ਕੋਈ ਨਾ ਹੋਵੇ, ਜਿਹਦਾ ਦੀਨ ਦੁਨੀਆ 'ਤੇ ਸਹਾਰਾ ਕੋਈ ਨਾ ਹੋਵੇ, ਉਹਨੂੰ ਕਹੀਦਾ ਵਿਚਾਰਾ। ਤੁਸੀਂ ਕਿੱਦਾਂ ਵਿਚਾਰੇ ਹੋ ਸਕਦੇ? ਤੁਹਾਨੂੰ ਆਪਣੀ ਕੀਮਤ ਦਾ ਕੋਈ ਅੰਦਾਜ਼ਾ ਹੈ ਕਿ ਨਹੀਂ? ਤੁਹਾਡੇ ਲਈ ਕਿਸੇ ਨੇ ਜਾਨ ਦੇ ਦਿੱਤੀ, ਇੰਨੇ ਕੀਮਤੀ ਹੋ ਤੁਸੀਂ, ਇੰਨੇ ਸੋਹਣੇ ਹੋ ਤੁਸੀਂ, ਇੰਨੇ ਚੰਗੇ ਹੋ ਤੁਸੀਂ ਕਿ ਤੁਹਾਡੇ ਲਈ ਕਿਸੇ ਨੇ ਜਾਨ ਦੇ ਦਿੱਤੀ, ਇੰਨੇ ਇੰਨਾ ਪਿਆਰ ਕਰਦਾ ਕੋਈ ਤੁਹਾਨੂੰ, ਅਤੇ ਤੁਸੀਂ ਕਹਿੰਦੇ ਮੈਨੂੰ ਕੋਈ ਪਿਆਰ ਕਰਨ ਵਾਲਾ ਨਹੀਂ, ਮੈਨੂੰ ਕੋਈ ਪੁੱਛਣ ਗਿੱਛਣ ਵਾਲਾ ਨਹੀਂ। ਤੁਹਾਨੂੰ ਸਮਝ ਨਹੀਂ ਆ ਤੁਸੀਂ ਕਿੰਨੇ ਖਾਸ ਹੋ ਕਿਸੇ ਲਈ, ਔਰ ਕਿਸੇ ਸਧਾਰਨ ਬੰਦੇ ਲਈ ਨਹੀਂ, ਕਿਸੇ ਐਰੇ ਗੈਰੇ ਨੱਥੂ ਖੈਰੇ ਦੇ ਲਈ ਨਹੀਂ, ਤੁਸੀਂ ਖਾਸ ਹੋ ਸਰਵ ਸ਼ਕਤੀਮਾਨ ਪਰਮੇਸ਼ਵਰ ਦੇ ਲਈ। ਪ੍ਰਭੂ ਯੇਸੂ ਮਸੀਹ ਤੁਹਾਡੇ ਲਈ ਸਲੀਬ ਉੱਤੇ ਬਲੀਦਾਨ ਹੋ ਗਏ ਤੁਹਾਡੇ ਲਈ, ਤੁਹਾਡੇ ਪ੍ਰੇਮ ਦੇ ਵਿੱਚ, ਤੁਹਾਡੇ ਪਿਆਰ ਦੇ ਲਈ, ਤੁਹਾਨੂੰ ਬਚਾਉਣ ਦੇ ਲਈ, ਤੁਹਾਨੂੰ ਸਭ ਕੁਛ ਦੇਣ ਦੇ ਲਈ, ਔਰ ਤੁਸੀਂ ਕਹਿੰਦੇ ਮੇਰਾ ਹੈ ਕੌਣ, ਮੈਨੂੰ ਪੁੱਛਣ ਗਿੱਛਣ ਵਾਲਾ ਕੌਣ? ਇਹਦੋਂ ਵੱਧ ਪੁੱਛ ਗਿੱਛ ਕਿਸੇ ਦੀ ਕੀ ਹੋਊਗੀ ਕਿ ਕੋਈ ਕਿਸੇ ਲਈ ਜਾਨ ਹੀ ਦੇ ਦੇਵੇ? ਤਾਂ ਤੁਸੀਂ ਵਿਚਾਰੇ ਨਹੀਂ ਹੋ, ਤੁਸੀਂ ਬਿਲਕੁਲ ਵੀ ਵਿਚਾਰੇ ਨਹੀਂ ਹੋ। ਤੁਹਾਡੇ ਲਈ ਹੈ ਨਾ ਕਹਿੰਦਾ ਮੈਂ ਤੁਹਾਨੂੰ ਅਨਾਥ ਨਹੀਂ ਛੱਡਾਂਗਾ, ਮੈਂ ਤੁਹਾਨੂੰ ਇਕੱਲਿਆਂ ਨਹੀਂ ਛੱਡਾਂਗਾ, ਤੁਹਾਡੇ ਲਈ ਹੈ ਤੁਹਾਡਾ ਪਰਮੇਸ਼ਵਰ, ਪਵਿੱਤਰ ਆਤਮਾ ਦਾ ਵਰਦਾਨ ਉਹਨੇ ਤੁਹਾਡੇ ਲਈ ਭੇਜਿਆ ਕਿ ਕਹਿੰਦਾ ਸਭਨਾਂ ਗੱਲਾਂ ਦੇ ਵਿੱਚ ਉਹ ਤੁਹਾਡੀ ਅਗਵਾਈ ਕਰੇ, ਤਾਂ ਸਭਨਾਂ ਗੱਲਾਂ 'ਚੋਂ ਸਾਡੀ ਅਗਵਾਈ ਕਰੇਗਾ, ਪਰ ਗੱਲਾਂ ਸਾਨੂੰ ਹੀ ਕਰਨੀਆਂ ਹੋਣਗੀਆਂ। ਤੁਸੀਂ ਇਹ ਨਹੀਂ ਕਹਿ ਸਕਦੇ ਕਿ ਪਵਿੱਤਰ ਆਤਮਾ ਜੀ ਮੈਂ ਅੱਜ ਵਿਆਹ ਜਾਣਾ ਆ ਅਤੇ ਤੁਸੀਂ ਚਰਚ ਨੂੰ ਜਾਓ ਮੇਰੇ ਵੰਡੇ, ਤੁਸੀਂ ਚਰਚ ਨੂੰ ਜਾਓ, ਚਰਚ ਵਿੱਚ ਜੋ ਵੀ ਐਕਟੀਵਿਟੀਜ਼ ਆ ਸਤਸੰਗ ਦੇ ਵਿੱਚ, ਪਵਿੱਤਰ ਆਤਮਾ ਤੁਹਾਨੂੰ ਸਮਝਾਏਗਾ, ਤੁਹਾਨੂੰ ਰਾਹ ਪਾਊਗਾ, ਪਰ ਜਾਣਾ ਹੋਊਗਾ ਤੁਹਾਨੂੰ ਨਾਲ। ਤਾਂ ਜ਼ਰੂਰੀ ਆ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਅੰਡਰਸਟੈਂਡ ਕਰੀਏ, ਔਰ ਮੈਂ ਯਕੀਨ ਕਰਦੀ ਹਾਂ ਕਿ ਫਤਿਹਮੰਦ ਜੀਵਨ ਜੀਣ ਦੇ ਲਈ ਤੁਸੀਂ ਇਹਨਾਂ ਪੁਆਇੰਟਸ ਨੂੰ ਜਿਹੜਾ ਆ ਇਹਨਾਂ ਦੇ ਉੱਤੇ ਜ਼ਰੂਰ ਗੌਰ ਕਰੋਗੇ। ਔਰ ਇੱਕ ਲਾਸਟ ਪੁਆਇੰਟ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਕਿ ਅਗਰ ਵਾਅਦੇ ਦੀ ਧਰਤੀ ਦੇ ਉੱਤੇ ਜਾਣਾ ਹੈ ਤਾਂ ਸ਼ੁੱਡ ਰਿਮੈਂਬਰ ਕਿ ਉੱਥੇ ਜਾਇੰਟਸ ਆ, ਉੱਥੇ ਦਾਨਵ ਆ। ਤੁਸੀਂ ਦੇਖਿਆ ਨਾ, ਅਸੀਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਸੀਗਾ ਕਿ ਜਦੋਂ ਕਨਾਨ ਦੇਸ਼ ਦੇ ਉੱਤੇ ਸੂਹ ਲਾਉਣ ਵਾਲਿਆਂ ਨੂੰ ਭੇਜਿਆ ਅਤੇ ਉਹ ਦੇਖ ਕੇ ਆਏ, ਅਤੇ ਜਿੱਥੇ ਉਹਨਾਂ ਨੇ ਦੇਖਿਆ ਕਿ ਅੰਗੂਰਾਂ ਦੇ ਗੁੱਛੇ ਇੰਨੇ ਵੱਡੇ ਕਿ ਦੋ ਜਣਿਆਂ ਨੇ ਇੱਕ ਅੰਗੂਰਾਂ ਦਾ ਗੁੱਛਾ ਮੋਢਿਆਂ ਦੇ ਉੱਤੇ ਚੱਕਿਆ ਆ, ਅਰੇ ਇੰਨੇ ਵੱਡੇ ਵੱਡੇ ਅਨਾਰ, ਇੰਨੇ ਵੱਡੇ ਵੱਡੇ ਹੰਜੀਰ, ਉੱਥੇ ਉਹਨਾਂ ਨੇ ਇੱਕ ਹੋਰ ਚੀਜ਼ ਵੀ ਦੇਖੀ ਸੀ। ਉਹਨਾਂ ਨੇ ਦੇਖਿਆ ਸੀ ਕਿ ਉੱਥੇ ਦੇ ਮਨੁੱਖ ਵੀ ਜਿਹੜੇ ਸੀਗੇ ਨਾ ਉਹ ਬਹੁਤ ਵੱਡੇ ਸੀ, ਉੱਥੇ ਦੇ ਗੜ ਵੀ ਬਹੁਤ ਵੱਡੇ ਸੀ, ਦਾਨਵ ਸੀ। ਤਾਂ ਦੇਖੋ, ਅਗਰ ਤੁਸੀਂ ਵਾਅਦੇ ਦੀ ਧਰਤੀ ਦੇ ਉੱਤੇ ਜਾਣਾ ਆ, ਉਹ ਵੱਡੇ ਅੰਗੂਰ ਖਾਣੇ ਆ ਅਤੇ ਵੱਡੇ ਦਾਨਵਾਂ ਦਾ ਸਾਹਮਣਾ ਵੀ ਕਰਨਾ ਹੋਊਗਾ। ਇਸ ਚੀਜ਼ ਨੂੰ ਹਮੇਸ਼ਾ ਆਪਣੇ ਮਾਇੰਡ ਵਿੱਚ ਰੱਖੋ। ਅਗਰ ਤੁਸੀਂ ਤਰੱਕੀ ਕਰਨੀ ਹੈ ਤਾਂ ਰਸਤੇ ਵਿੱਚ ਆਉਣ ਵਾਲੀਆਂ ਬਿਪਤਾ ਦਾ ਸਾਹਮਣਾ ਵੀ ਕਰਨਾ ਹੋਊਗਾ। ਔਰ ਮੈਂ ਤੁਹਾਨੂੰ ਇਹ ਨਹੀਂ ਕਹਿੰਦੀ ਕਿ ਉਹਨਾਂ ਲੋਕਾਂ ਵਾਂਗ ਦੇਖੋ ਜਿਨ੍ਹਾਂ ਨੇ ਸਿਰਫ ਦਾਨਵ ਦੇਖੇ, ਪਰ ਮੈਂ ਤੁਹਾਨੂੰ ਕਹਾਂਗੀ ਕਿ ਤੁਸੀਂ ਯੋਸ਼ੂਆ ਵਾਂਗ ਅਤੇ ਕਾਲਬ ਵਾਂਗ ਦੇਖੋ ਜਿਨ੍ਹਾਂ ਨੇ ਬਰਕਤਾਂ ਦੇਖੀਆਂ ਸੀ। ਤੁਸੀਂ ਉਹਨਾਂ ਬਰਕਤਾਂ ਨੂੰ ਦੇਖੋ, ਔਰ ਉਹ ਆਪਣੇ ਪਰਮੇਸ਼ਵਰ ਦੇ ਉੱਤੇ ਬਰਕਤਾਂ ਦੇਣ ਵਾਲੇ, ਉਹ ਵਾਅਦਾ ਕਰਨ ਵਾਲੇ ਪਰਮੇਸ਼ਵਰ ਦੇ ਉੱਤੇ ਇਮਾਨ ਰੱਖੋ ਕਿ ਜਿਹਨੇ ਸਾਨੂੰ ਛੋਟੀਆਂ ਛੋਟੀਆਂ ਸਮੱਸਿਆਵਾਂ ਦੇ ਉੱਤੇ ਫਤਿਹ ਦਿੱਤੀ, ਉਹ ਸਾਨੂੰ ਵੱਡੀਆਂ ਸਮੱਸਿਆਵਾਂ ਦੇ ਉੱਤੇ ਵੀ ਫਤਿਹ ਦੇਵੇਗਾ। ਪਰ ਇਸ ਗੱਲ ਨੂੰ ਜ਼ਰੂਰ ਯਾਦ ਰੱਖਣਾ ਕਿ ਵਾਅਦੇ ਦੀ ਧਰਤੀ ਦੇ ਉੱਤੇ ਦਾਨਵ ਰਹਿੰਦੇ ਆ, ਔਰ ਉਹਨਾਂ ਦਾਨਵਾਂ ਦੇ ਨਾਲ ਲੜਨਾ ਪਏਗਾ, ਉਹਨਾਂ ਦਾਨਵਾਂ ਨੂੰ ਹਰਾਉਣਾ ਪਏਗਾ, ਪਰ ਹਰਾਵਾਂਗੇ ਅਸੀਂ ਪਰਮੇਸ਼ਵਰ ਦੇ ਜ਼ੋਰ ਦੇ ਨਾਲ। ਔਰ ਪਰਮੇਸ਼ਵਰ ਦਾ ਜ਼ੋਰ ਕਿੱਥੇ ਹੁੰਦਾ ਆ? ਤੁਹਾਨੂੰ ਪਤਾ ਪਰਮੇਸ਼ਵਰ ਦਾ ਜ਼ੋਰ ਤੁਹਾਡੇ ਅੰਦਰ ਕਿੱਥੇ ਆ? ਜਿਹੜੀ ਵਿਲ ਪਾਵਰ ਆ ਨਾ, ਉਹ ਹੁੰਦੀ ਪਰਮੇਸ਼ਵਰ ਦੀ ਸਟਰੈਂਥ। ਇਸ ਚੀਜ਼ ਨੂੰ ਸਮਝ ਲਿਓ ਅੱਜ, ਤੁਹਾਡੇ ਅੰਦਰ ਜਿਹੜੀ ਵਿਲ ਪਾਵਰ ਆ, ਜਿਹਨੂੰ ਇੱਛਾ ਸ਼ਕਤੀ ਨਹੀਂ,
ਮੈਨੂੰ ਪਤਾ ਨਹੀਂ ਪੰਜਾਬੀ ਦੇ ਵਿੱਚ ਉਹਨੂੰ ਕੀ ਕਹਾਂ, ਤੁਹਾਡੇ ਅੰਦਰ ਜਿਹੜਾ ਹੌਸਲਾ ਆ ਤਾਂ ਉਹੀ ਜਿਹੜਾ ਆ ਉਹ ਪਰਮੇਸ਼ਵਰ ਦੀ ਸਮਰੱਥ ਆ। ਤੁਸੀਂ ਅਗਰ ਤੁਹਾਡੇ ਅੰਦਰ ਸਟਰੋਂਗ ਵਿਲ ਪਾਵਰ ਨਹੀਂ ਆ, ਤੁਸੀਂ ਬਿਮਾਰੀ ਨਾਲ ਨਹੀਂ ਲੜ ਸਕਦੇ। ਸਟਰੋਂਗ ਵਿਲ ਪਾਵਰ ਜਿਹੜੀ ਆ ਉਹੀ ਤੁਹਾਨੂੰ ਬਿਮਾਰੀ ਨਾਲ ਲੜਨ ਦਾ ਹੌਸਲਾ ਦਿੰਦੀ ਆ ਕਿ ਹਾਂ ਪਰਮੇਸ਼ਵਰ ਤੈਨੂੰ ਸਭ ਰੋਗਾਂ ਤੋਂ ਨਰੋਇਆ ਕਰਨ ਦੀ ਤਾਕਤ ਰੱਖਦਾ, ਤੂੰ ਇਹ ਕਰ ਸਕਦਾ, ਤੂੰ ਉਹ ਕਰ ਸਕਦਾ, ਜੋ ਵਚਨ 'ਚ ਲਿਖਿਆ ਤੂੰ ਸਭ ਕੁਛ ਕਰ ਸਕਦਾ। ਇਹ ਆ ਸਟਰੋਂਗ ਵਿਲ ਪਾਵਰ, ਇਹ ਪਰਮੇਸ਼ਵਰ ਦਾ ਸਮਰੱਥ ਆ। ਸੋ ਪਰਮੇਸ਼ਵਰ ਨੇ ਤੁਹਾਡੇ ਅੰਦਰ ਸਮਰੱਥ ਪਾਇਆ, ਪਰਮੇਸ਼ਵਰ ਨੇ ਤੁਹਾਨੂੰ ਦਲੇਰੀ ਦਾ ਆਤਮਾ ਦਿੱਤਾ, ਇਸ ਲਈ ਲਿੱਤੜ ਦਿਓ ਉਹਨਾਂ ਨਫਿਲੀਮ ਨੂੰ ਜਿਹੜੇ ਤੁਹਾਡੇ ਵਿਰੁੱਧ ਸਿਰ ਚੱਕਣਗੇ, ਲਿੱਤੜ ਦਿਓ ਉਸ ਗੋਲੀਅਤ ਨੂੰ ਜਿਹੜਾ ਤੁਹਾਨੂੰ ਦੁਰਕਾਰਦਾ ਆ, ਜਿਹੜਾ ਤੁਹਾਡੇ ਉੱਤੇ ਚਿੱਲਾਉਂਦਾ ਆ। ਤਾਂ ਇਸ ਲਈ ਤੁਸੀਂ ਆਪਣੇ ਪਰਮੇਸ਼ਵਰ ਦੇ ਵੱਲ ਦੇਖੋ, ਔਰ ਤੁਸੀਂ ਉਸ ਵਾਅਦੇ ਦੀ ਧਰਤੀ ਦੇ ਵੱਲ ਦੇਖੋ, ਉਹਨਾਂ ਤਰੱਕੀਆਂ ਵੱਲ ਦੇਖੋ, ਉਹਨਾਂ ਕਾਮਯਾਬੀਆਂ ਵੱਲ ਦੇਖੋ, ਪਰ ਮਿਹਨਤ ਕਰੋ। ਜ਼ਰੂਰੀ ਆ ਕਿ ਮਿਹਨਤ ਕਰੋ, ਮਸੀਹ ਵਿੱਚ ਕੀਤੀ ਹੋਈ ਮਿਹਨਤ ਕਦੇ ਵੀ ਵਿਅਰਥ ਨਹੀਂ ਜਾਂਦੀ। ਸੋ ਮੈਂ ਯਕੀਨ ਕਰਦੀ ਹਾਂ ਕਿ ਤੁਸੀਂ ਅੱਜ ਦੇ ਇਸ ਮੋਟੀਵੇਸ਼ਨ ਸੈਸ਼ਨ ਦੇ ਨਾਲ ਤੁਸੀਂ ਮੋਟੀਵੇਟ ਹੋਏ ਆ, ਤੁਹਾਡੇ ਸਪਿਰਿਟਸ ਮੋਟੀਵੇਟ ਹੋਏ ਆ, ਤੁਹਾਡਾ ਮਾਇੰਡ ਮੋਟੀਵੇਟ ਹੋਇਆ ਆ, ਔਰ ਸੱਚਮੁੱਚ ਇਹ ਮੋਟੀਵੇਸ਼ਨ ਜਿਹੜੀ ਆ ਇਹ ਤੁਹਾਡੀ ਲਾਈਫ ਦੇ ਵਿੱਚ ਜ਼ਰੂਰ